ਬਾਦਲ ਸਰਕਾਰ ਨੂੰ ਪੰਜਾਬ ਵਿੱਚੋਂ ਕੱਢ ਕੇ ਪੰਜਾਬ ਦਾ ਸੁਧਾਰ ਕੀਤਾ ਜਾਣਾ ਹੈ ਤੇ 2017 ਵਿੱਚ ਕਾਂਗਰਸ ਦੀ ਸਰਕਾਰ ਬਰਗਾੜੀ ਕਾਂਡ ਲਈ ਜਾਂਚ ਕਮਿਸ਼ਨ ਬਿਠਾਵੇਗੀ ਇਹ ਦਾਅਵਾ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੂਰੇ ਭਰੋਸੇ ਵਿੱਚ ਨੇ ਕਿ 2017 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੀ ਆਵੇਗੀ 2017 ਤਾਂ ਇਹਨਾਂ ਨੂੰ ਕੱਢਣ ਦਾ ਮਸਲਾ ਹੈ ਅਸੀਂ ਤੁਸੀਂ ਚਾਹੁੰਦੇ ਹੋ ਕਿ ਫਿਰ ਰਹਿਣ 5 ਸਾਲ ਹੋਰ ਕਿ ਅਸੀਂ ਬਾਈਕਾਟ ਕਰ ਦਈਏ ਆ ਹੈ ਥੋੜਾ ਅਗਲਾ 2017 ਚ ਇਹ ਸਰਕਾਰ ਨੇ ਬੇੜਾ ਗਰਕ ਕੀਤਾ ਸੂਬੇ ਦਾ ਸਾਨੂੰ ਸਾਰਿਆਂ ਨੂੰ ਰਲ ਕੇ ਇਹਨਾਂ ਨੂੰ ਕੱਢਣਾ ਪਊ ਸਾਨੂੰ ਐਂਡ ਦੈਟ ਇਜ਼ ਵਾਈ ਯੂ ਕਾਂਟ ਬਾਈਕਾਟ ਉਦੋਂ ਤਾਂ ਮੈਂ ਕਿਹਾ ਕਿ ਅਗਰ ਉਦੋਂ ਤਾਂ ਇੱਕ ਕਮਿਸ਼ਨ ਦਾ ਫੈਸਲਾ ਨਹੀਂ ਹੋਣਾ ਅਸੀਂ ਕਮਿਸ਼ਨ ਬਿਠਾਵਾਂਗੇ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ 2017 'ਚ ਵੀ ਵਿਲ ਪੁੱਟ ਇਟ ਬਟ ਅਸੀਂ ਇਹਨਾਂ ਨੂੰ ਕੱਢ ਕੇ ਪੰਜਾਬ ਨੂੰ ਤਾਂ ਸੁਧਾਰੀਏ